ਡਾਕਟਰ ਸਾਹਿਬ ਨੂੰ ਪੁੱਛਣਾ, ਭਗੰਦਰ ਦੇ ਪ੍ਰੋਬਲਮ ਦਾ ਇਲਾਜ ਹੈ ਜੀ? ਭਗੰਦਰ ਜੀ 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 ਭਗੰਦਰ ਇੱਕ ਜੀ ਫੋੜੇ ਦੀ ਕਿਸਮ ਹੀ ਹੈ। ਹਾਂਜੀ ਹਾਂਜੀ, ਜਿਹੜਾ ਮੰਨ ਕੇ ਚੱਲੋ ਕਿ ਬੀਬੀਆਂ ਨੂੰ ਜਾਂ ਬੱਚਿਆਂ ਨੂੰ ਜਿਹੜਾ ਆਪਣੇ ਲੱਤਾਂ ਦੇ ਸੰਨ ਚਲਾ ਲਓ। ਹਾਂਜੀ, ਮੇਰੀ ਵਾਈਫ ਨੂੰ ਪ੍ਰੋਬਲਮ ਹੈ ਜੀ ਇਹ। ਨਿੱਕਾ ਜਿਹਾ ਇਹਨੂੰ ਪਹਿਲੋਂ ਮੂੰਹ ਹੁੰਦਾ, ਜਮਾਂ ਸ਼ੁਰੂ ਤੋਂ ਲੈ ਕੇ ਵੈਸੇ ਹੁੰਦਾ ਹੈ, ਲੇਕਿਨ ਇਹਦਾ ਪਤਾ ਜਦੋਂ ਆਪਾਂ ਵੱਡੇ ਹੁੰਦੇ ਹਾਂ ਜਾਂ ਫੋੜੇ ਦੇ ਰੂਪ ਚੋਂ ਭਰਨ ਪਿਸਣ ਲੱਗ ਪੈਂਦਾ, ਕਦੀ ਮੋਟਾ ਹੋ ਗਿਆ, ਕਦੀ ਖਿੱਚ ਗਿਆ, ਕਦੀ ਪਾ ਗਿਆ, ਉਹਨੂੰ ਕਹਿੰਦੇ ਨੇ ਭਗੰਦਰ। ਹਾਂਜੀ, ਦੇਖੋ ਤੁਹਾਡੇ ਜਿੱਥੇ ਵੀ ਤੁਸੀਂ ਕਿਤੇ ਹੈਗੇ ਹੋ, ਜਿਵੇਂ ਆਪਣਾ ਕੋਈ ਗੇਦਾ ਕਹਿੰਦਾ, ਕੋਈ ਗੈਂਡਾ ਕਹਿੰਦਾ, ਜਿਹੜੇ ਫੁੱਲ ਨੇ ਗੇਂਦੇ ਦੇ, ਅੱਛਾ ਜੀ, ਗੇਂਦੇ ਦੇ ਫੁੱਲ ਹੋਣ, ਓਨੀ ਐਲੋਵੇਰਾ ਹੋਵੇ। ਮੰਨ ਕੇ ਚੱਲੋ ਕਿ 100 ਗ੍ਰਾਮ ਹੀ ਗੇਂਦੇ ਦੇ ਫੁੱਲ ਨੇ, 100 ਗ੍ਰਾਮ ਹੀ ਐਲੋਵੇਰਾ ਹੋਵੇ ਕੁਆਰ ਕੰਦਰ, 100 ਗ੍ਰਾਮ ਹੀ ਵਿੱਚ ਹੋਵੇ ਕੱਚੀ ਲਾਲ। ਠੀਕ ਹੈ ਜੀ, ਲਾਲ ਨੀ ਜੀ, ਰਾਲ। ਹਾਂਜੀ, ਕੱਚੀ ਰਾਲ। ਫਿਰ ਉਹਦੇ ਵਿੱਚ ਲੈਣਾ ਜੀ 25 ਗ੍ਰਾਮ ਮੁਰਦ ਸੰਖ ਜੀ, 25 ਗ੍ਰਾਮ ਹੀ ਲੈਣਾ ਪੁਰਾਣਾ ਸਾਬਣ, ਜਿਹੜਾ ਕੱਪੜੇ ਧੋਣ ਵਾਲਾ ਆਪਣਾ ਦੇਸੀ ਆਮ ਸਾਬਣ। ਅੱਛਾ ਜੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਰਗੜ ਕੇ ਤੁਸੀਂ ਘੋਟ ਕੇ ਇੱਕ ਮਿਸ਼ਰਣ ਜਿਹਾ ਬਣ ਜਾਏਗਾ ਮਲਮ ਜੀ। ਅੱਛਾ ਜੀ, ਬਸ ਉਹਦੀ ਪੱਟੀ ਕਰੋ, ਪੱਟੀ ਕਰਕੇ ਉੱਤੇ ਤੇਲ ਲਾ ਜਾ ਕਰੋ, ਕਿਉਂਕਿ ਉਹ ਜਗ੍ਹਾ ਹੀ ਐਸੀ ਹੁੰਦਾ ਵੀ ਉੱਥੇ ਰਹਿ ਨਹੀਂ ਸਕਦਾ। ਸੋ ਅੱਛਾ ਜੀ, ਥੋੜੇ ਕੁ ਦਿਨ ਕਰੋਗੇ ਤੇ ਜੇ ਉਹ ਫੁੱਲਿਆ ਤੇ ਤਾਂ ਵੀ ਖਤਮ ਹੋ ਜਾਏਗਾ, ਤੇ ਜੇ ਨਿੱਕਾ ਜਿਹਾ ਮੂੰਹ ਹੀ ਪਾ ਕੇ ਓਪਰੇਟ ਕਰਾਤਾ, ਉਹਦੇ ਵਿੱਚੋਂ ਪਾਕ ਗੰਦਗੀ ਕਢਾਤੀ ਏ, ਤੇ ਫਿਰ ਵੀ ਉਹਦੀਆਂ ਜੜ੍ਹਾਂ ਅੱਗੇ ਤੋਂ ਅੱਗੇ ਜਾਈ ਜਾਂਦੀਆਂ ਨੇ, ਉਹ ਫਿਰ ਥੋੜੇ ਕੁ ਚਿਰ ਬਾਅਦ ਫਿਰ ਫੁੱਲ ਜਾਂਦਾ, ਬਣ ਜਾਂਦਾ। ਸੋ ਉਹ 3 ਵਾਰ ਸਰਜਰੀ ਵੀ ਕਰਾ ਚੁੱਕਿਆ ਨੇ, ਹੁਣ ਡਰੇਨਾਂ ਪਾਈਆਂ ਨੂੰ ਵੀ ਸਾਲ ਹੋ ਚੱਲਿਆ, ਉਹ ਪਾਣੀ ਜਾਂ ਨਿਕਲ ਹੀ ਜਾਂਦਾ, ਪਾਣੀ ਹਟਦਾ ਨੀ ਨਿਕਲਣਾ। ਬਿਲਕੁਲ ਜੀ ਬਿਲਕੁਲ, ਮੈਂ ਤੁਹਾਨੂੰ ਦੱਸਿਆ, ਤੁਹਾਨੂੰ ਇਲਾਜ ਦੱਸਿਆ ਜੀ, ਬਿਲਕੁਲ ਜੜ੍ਹ ਤੋਂ ਸੁੱਕ ਜਾਏਗਾ, ਖਤਮ ਹੋ ਜਾਏਗਾ।